हाँ जी, डॉजी कॉलेजेस या इंटरनेशनल स्टूडेंट्स कॉन्करेंसी, ये बहुत ही हॉट टॉपिक ने पिछले कुछ दिनों तो मीडिया दे विच, सोशल मीडिया दे विच, इवन के न्यूज़पेपर तक दे विच ये टॉपिक्स पब्लिश होए ने। कुछ मेजर अपडेट इहदे विच ये ने जी। सब तो पहला मेजर अपडेट कि कॉन्करेंट सीओई बंद कर दी गई। कॉन्करेंट सीओई की जिहड़ी कि पैरेलल सीओई होंदी सी, एक ऑल्टरनेट होंदा सीगा स्टूडेंट्स लई जिहड़े 6 महीने तो पहला अपना कोर्स चेंज करते सीगे, उन्हां लई बंद कर दिता गया। दूसरा अहम अपडेट, मोर दैन 200 कॉलेजेस विल बी शट डाउन बाय द ऑस्ट्रेलियन गवर्नमेंट। ये वो कॉलेजेस गवर्नमेंट ने आइडेंटिफाई किए हैं जिन्हों का स्टूडेंट वीज़ा रिफ्यूजल रेट ओवर 50% है। तो ये गवर्नमेंट ने हजे कोई लिस्ट पब्लिश नहीं की थी, बट दिस इज एन अनाउंसमेंट दैट केम आउट दिस मॉर्निंग एज वैल। तीसरी अहम चीज़, जेडे आप लिविंग कॉस्ट या फाइनैशियल्स दिखाते सके स्टूडेंट वीजे स्टूडेंट वीजे अप्लाई करन वेले या एक्सटेंशन वेले, ਉਹਦੇ ਵਿੱਚ 17% ਦਾ ਵਾਧਾ ਹੋਇਆ, ਜਿਹਨੂੰ ਕਿ ਵਧਾ ਕੇ 24,500 ਕਰ ਦਿੱਤਾ ਗਿਆ। ਅਤੇ ਕਿਤੇ ਨਾ ਕਿਤੇ ਆ ਜਿਹੜੇ ਘੋਸਟ ਕਾਲਜਿਸ ਜਾਂ ਉਹ ਕਾਲਜਿਸ ਜਿਨ੍ਹਾਂ ਦੇ ਵਿੱਚ ਕੋਰਸਿਸ ਤੇ ਸੀਗੇ ਬਟ ਸਟੂਡੈਂਟਸ ਨਹੀਂ ਸੀਗੇ, ਕਦੀ ਵੀ ਸਟੂਡੈਂਟ ਦੀ ਪ੍ਰੈਜੈਂਸ ਨਹੀਂ ਰਹੀ, ਜਾਂ ਉਹ ਲੋਕ ਜਿਹੜੇ ਕਾਲਜਿਸ ਚਲਾਉਂਦੇ ਦੈਟ ਆਰ ਨੋਟ ਫਿਟ ਐਂਡ ਪ੍ਰੋਪਰ ਟੂ ਰਨ ਅ ਕਾਲਜ ਐਜ ਵੈਲ, ਜਾਂ ਜਿਨ੍ਹਾਂ ਦੇ ਉੱਤੇ ਕੋਈ ਰੈਗੂਲੇਟਰੀ ਕੰਪਲਾਇੰਸ ਇਸ਼ੂਜ ਨੇ, ਇਹ ਉਹ ਕਾਲਜ ਨੇ ਜਿਹੜੇ ਬੰਦ ਹੋਣ ਜਾ ਰਹੇ ਆ। ਅਗੇਨ ਕੋਈ ਪਬਲਿਸ਼ ਕੋਈ ਲਿਸਟ ਪਬਲਿਸ਼ ਨਹੀਂ ਹੋਈ, ਬਟ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ 'ਚ ਫਰਦਰ ਕਲੈਰਿਟੀ ਮਿਲੇਗੀ। ਕਿਤੇ ਨਾ ਕਿਤੇ ਗਵਰਨਮੈਂਟ ਇਜ਼ ਕਮਿਟਡ ਟੂਵਰਡਸ ਕਲੀਅਰਿੰਗ ਦਿਸ ਮੈਸ ਇਨ ਦਾ ਵੈਟ ਸੈਕਟਰ। ਵੈਟ ਸੈਕਟਰ ਦਾ ਇੱਕ ਪਰਪਸ ਹੈ ਟੂਵਰਡਸ ਸਕਿੱਲਡ ਮਾਈਗ੍ਰੇਸ਼ਨ। ਵੈਟ ਸੈਕਟਰ ਉਹ ਸੈਕਟਰ ਹੈ ਜਿਹੜਾ ਬੰਦ ਨਹੀਂ ਕਦੀ ਹੋ ਸਕਦਾ, ਜਿਹਦੇ ਤੋਂ ਬਹੁਤ ਜ਼ਿਆਦਾ ਇਨਟੇਕ ਸਕਿੱਲਡ ਮਾਈਗ੍ਰੇਸ਼ਨ ਨੂੰ ਮਿਲਦਾ ਥਰੂ ਵੈਟ ਸੈਕਟਰ, ਚਾਹੇ ਉਹ ਕੋਈ ਵੀ ਟ੍ਰੇਡ ਕੋਰਸ ਹੋਵੇ ਜਾਂ ਡਿਫਰੈਂਟ ਵਰਾਇਟੀ ਆਫ ਕੋਰਸਿਸ। ਤੋ ਵੈਟ ਸੈਕਟਰ ਦੀ ਇੰਟੈਗਰਿਟੀ ਨੂੰ ਮੇਨਟੇਨ ਕਰਨ ਲਈ ਗਵਰਨਮੈਂਟ ਨੇ ਐਕਸ਼ਨ ਲਿੱਤਾ, ਵਿਚ ਵਾਜ ਰਿਕੁਆਇਰਡ ਐਂਡ ਨੈਸੈਸਰੀ। ਇਟਸ ਦ ਨੀਡ ਆਫ ਦੀ ਆਵਰ, ਕਿਉਂਕਿ ਐਂਡ ਆਫ ਦਾ ਡੇ ਸਟੂਡੈਂਟ ਇੰਡਸਟਰੀ ਜਾਂ ਇੰਟਰਨੈਸ਼ਨਲ ਸਟੂਡੈਂਟ ਇੰਡਸਟਰੀ ਜਾਂ ਸਕਿੱਲਡ ਮਾਈਗ੍ਰੇਸ਼ਨ ਦੇ ਪ੍ਰੋਸਪੈਕਟਿਵ ਨਾਲ ਦੇਖਿਆ ਜਾਵੇ, ਇਹਨਾਂ ਕਾਲਜਿਸ ਦਾ ਅਨਐਥੀਕਲ ਤਰੀਕੇ ਨਾਲ ਚਲਾਉਣਾ ਜਾਂ ਯੂ ਨੋ ਸਕਿੱਲਡ ਮਾਈਗ੍ਰੇਸ਼ਨ ਦੇ ਪਰਪਸ ਦੇ ਜਾਂ ਉਹਦੇ ਮੋਢਿਆਂ 'ਤੇ ਬੰਦੂਕ ਰੱਖ ਕੇ ਕੁਛ ਇਹੋ ਜਿਹੇ ਸਟੂਡੈਂਟਸ ਨੂੰ ਐਡਮਿਸ਼ਨ ਦੇਣਾ ਜਿਹੜੇ ਕਲਾਸਿਸ ਨਹੀਂ ਅਟੈਂਡ ਕਰ ਰਹੇ ਜਾਂ ਅਸੈਸਮੈਂਟਸ ਨਹੀਂ ਕਰ ਰਹੇ, ਇਟ ਵਾਜ਼ ਨੋਟ ਫੇਅਰ ਔਨ ਦਾ ਸਟੂਡੈਂਟਸ ਪਾਰਟ ਔਰ ਐਂਡ ਇਟ ਵਾਜ਼ ਨੋਟ ਫੇਅਰ ਔਨ ਦਾ ਕਾਲਜਿਸ ਪਾਰਟ ਐਜ਼ ਵੈਲ। ਅਤੇ ਦੀਜ਼ ਆਰ ਦਾ ਮੇਜਰ ਡਿਵੈਲਪਮੈਂਟਸ। ਹੋਰ ਕੋਈ ਫਰਦਰ ਅਪਡੇਟਸ ਆਉਂਦੇ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਧੰਨਵਾਦ।